ਦੇਸ਼ ਵਿੱਚ ਲਾਕਡਾਊਨ ਕਾਰਨ ਗਰੀਬ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਮਹਿੰਗੇ ਭਾਅ ਦੇ ਸਮਾਨ ਵੇਚਿਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸੁਲਤਾਨਵਿੰਦ ਰੋਡ ਵਿਖੇ ਇੱਕ ਆਟਾ ਵੇਚਣ ਵਾਲੇ ਦੁਕਾਨਦਾਰ ਵੱਲੋਂ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮਨਮੋਹਨ ਸਿੰਘ ਧੁੰਨਾ ਨੇ ਕਿਹਾ ਕਿ ਕਰਫਿਊ ਦੌਰਾਨ ਇੱਥੇ ਆਟਾ ਚੱਕੀ ਵਾਲਾ ਨਜਾਇਜ਼ ਵੱਧ ਰੇਟਾਂ 'ਤੇ ਆਟਾ ਵੇਚ ਰਿਹਾ ਹੈ। ਇਸ ਸੰਬੰਧ ਵਿੱਚ ਫੂਡ ਇੰਸਪੈਕਟਰ ਆਕਾਸ਼ ਭਾਟੀਆ ਵੱਲੋਂ ਮੌਕੇ 'ਤੇ ਪਹੁੰਚ ਕੇ ਚੱਕੀ ਨੂੰ ਬੰਦ ਕਰਵਾਇਆ ਗਿਆ। ਇਸ ਘਟਨਾ ਦੀ ਨਿਖੇਪੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੱਲੋਂ ਵੀ ਕੀਤੀ ਗਈ। ਇਹ ਕੀ ਸਾਡੇ ਲਾਟੀ ਜੀ ਸਰਦਾਰ ਮਨਮੋਹਨ ਸਿੰਘ ਜੀ ਲਾਟੂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਪਾਰਟੀ ਨਾਲ ਜੁੜੇ ਨੇ ਉੱਥੇ ਸਮਾਜ ਦੇ ਵਿੱਚ ਅੱਛੇ ਕੰਮ ਕਰਦੇ ਨੇ। ਇਹ ਆਪਣੇ ਇਲਾਕੇ ਦੇ ਵਿੱਚ ਜਿੱਦਾਂ ਜਿੱਦਾਂ ਦੇਖੋ ਇਹ ਮਹਾਮਾਰੀ ਜਿਹੜੀ ਫੈਲੀ ਆ ਕਰੋਨਾ ਵਾਇਰਸ, ਇਹ ਬਹੁਤ ਹੀ ਵਰਲਡਵਾਈਡ ਇਸ ਟਾਈਮ ਹੈਗਾ ਅਤੇ ਇਹਦੇ 'ਚ ਸਾਰੇ ਹੀ ਰਲ ਮਿਲ ਕੇ ਆਪਣੇ ਆਪਣਾ ਸਹਿਯੋਗ ਪਾ ਰਹੇ ਨੇ। ਜਿੱਥੇ ਬਹੁਤ ਵੱਡੀਆਂ ਸੰਸਥਾਵਾਂ ਜਾਂ ਲੋਕ ਸੁਸਭਾ ਸੁਸਾਇਟੀਆਂ ਲੋਕਾਂ ਦੇ ਵਾਸਤੇ ਰਾਸ਼ਨ ਪਾਣੀ ਦੇ ਰਹੀਆਂ ਨੇ ਜਾਂ ਲੋਕਾਂ ਦੀ ਸਹੂਲਤ ਵਾਸਤੇ ਜਿੰਨਾ ਕਿਸੇ ਦਾ ਬਲ ਬਣਦਾ ਕਰਦੇ ਨੇ, ਮੈਂ ਸਮਝਦਾ ਜਿੱਦਾਂ ਇਹ ਆਟਾ ਚੱਕੀ ਦੀ ਜਿਹੜੀ ਗੱਲ ਹੈ ਕੁਛ ਕੰਪਲੇਂਟ ਆਈ ਸੀ ਕੱਲ੍ਹ ਜਾ ਕੇ ਕੁਛ ਮੀਡੀਆ ਵਾਲੇ ਵੀਰਾਂ ਨਾਲ ਵੀ ਅਤੇ ਆਪ ਮੁਹੱਲਾ ਵਾਸੀਆਂ ਵੱਲੋਂ ਵੀ ਲਾਟੀ ਜੀ ਨੇ ਮਸਲਾ ਚੱਕਿਆ ਸੀ ਵੀ ਠੀਕ ਹੈ ਜੇ ਕੋਈ ਟਾਈਮ ਮਿਲਿਆ ਕਿਸੇ ਨੂੰ ਖੋਲ੍ਹਣ ਦਾ ਤਾਂ ਉਹ ਰੇਟ ਜਿਹੜੇ ਆ ਉਹਨਾਂ 'ਚ ਇਸ ਤਰ੍ਹਾਂ ਦੀ ਕੋਈ ਰੇਟ ਵਧਾਵੇ ਜਾਂ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਲਵੇ ਤਾਂ ਉਹ ਇੱਕ ਬੜੀ ਦੁੱਖਦਾਈ ਗੱਲ ਹੈ। ਇਹਦੇ ਵਿੱਚ ਤਾਂ ਲੋਕ ਪੱਲਿਓਂ ਪਾ ਪਾ ਕੇ ਵੀ ਸੇਵਾ ਕਰਦੇ ਨੇ, ਸੋ ਇਹਦੇ ਪ੍ਰਤੀ ਇਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਸੀ ਅਤੇ ਉਹ ਪਤਾ ਲੱਗਾ ਦੁਕਾਨ ਜਿਹੜੀ ਫਿਰ ਖੁੱਲ੍ਹ ਗਈ ਆ। ਸੋ ਮੈਂ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕੀਤੀ, ਗੱਲ ਕਰਦੇ ਹਾਂ ਵੀ ਠੀਕ ਹੈ ਉਹਨਾਂ ਕੋਲ ਸਮਾਨ ਆ, ਅੱਜ ਲੋੜ ਆ ਲੋਕਾਂ ਨੂੰ ਸਮਾਨ, ਘਰਾਂ ਦੇ ਵਿੱਚ ਲੋਕ ਕੈਦ ਹੋਏ ਬੈਠੇ ਨੇ ਮਹਿਸੂਸ ਕਰ ਰਹੇ, ਪਰ ਲੋਕਾਂ ਦਾ ਹੀ ਫਾਇਦਾ। ਪਰ ਇਹੋ ਜਿਹੜੇ ਅਨਸਰ ਆ ਜੇ ਕੋਈ ਗਲਤ ਇਸ ਤਰ੍ਹਾਂ ਰੇਟ ਵਧਾਉਂਦੇ ਨੇ, ਬਲੈਕ ਮਾਰਕੀਟਿੰਗ ਕਰਦੇ, ਗਲਤ ਗੱਲ ਆ। ਸਖਤੀ ਨਾਲ ਪ੍ਰਸ਼ਾਸਨ ਨੂੰ ਇਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਹੋਰ ਕੋਈ ਇਸ ਤਰ੍ਹਾਂ ਦੇ ਵੇਖੋ ਵੇਖੀ ਰੇਟ ਨਾ ਵਧਾਵੇ ਅਤੇ ਲੋਕਾਂ ਨੂੰ ਇੱਕ ਸਹੀ ਜੋ ਮਾਰਕੀਟ ਪ੍ਰਾਈਜ਼ ਆ ਗੌਰਮੈਂਟ ਨੇ ਤੈਅ ਕੀਤੇ ਤੁਸੀਂ ਉਹਦੇ 'ਤੇ ਇੱਕ ਸਮਾਨ ਦੇਣ, ਲੋਕਾਂ ਦਾ ਵੀ ਫਾਇਦਾ ਅਤੇ ਤੁਹਾਨੂੰ ਵੀ ਲੋਕ ਜਿਹੜੀ ਆ ਦਵਾਵਾਂ ਦੇਣਗੇ। ਦੇਖੋ ਜਿੱਥੇ ਮੋਦੀ ਸਰਕਾਰ ਵੱਲੋਂ ਵੀ ਕੀਤਾ ਗਿਆ, ਪੰਜਾਬ ਸਰਕਾਰ ਵੱਲੋਂ ਵੀ ਕਰਦੇ ਪਏ ਨੇ, ਇਹ ਟਾਈਮ ਲੱਗ ਜਾਂਦਾ। ਦੇਖੋ ਕਈ ਚੀਜ਼ਾਂ ਨੂੰ ਲੋਕਾਂ ਦੇ ਘਰਾਂ ਤੱਕ ਡੋਰ ਤੱਕ ਪਹੁੰਚਾਉਣ ਵਾਸਤੇ ਟਾਈਮ ਲੱਗਦਾ, ਪਰ ਉੱਥੇ ਜੇ ਪ੍ਰਸ਼ਾਸਨ ਨੂੰ ਮੈਂ ਕਿੰਤੂ ਪਰੰਤੂ ਕਰਾਂ ਉਹ ਵੀ ਨਹੀਂ ਬਣਦੀ। ਸਾਡੇ ਜਿੰਨਾ ਪ੍ਰਸ਼ਾਸਨ ਹੈ, ਮੈਂ ਸਮਝਦਾ ਹਿੰਦੁਸਤਾਨ ਦੇ ਸਾਰੇ ਜਿੰਨੇ ਵੀ ਆਫਿਸਰ ਸਾਹਿਬਾਨ ਹੈ, ਪੋਲੀਟੀਸ਼ੀਅਨ ਵੀ ਹੈ ਜਾਂ ਪੁਲਿਸ ਵਾਲੇ ਨੇ, ਸਮਾਜ ਸੇਵੀ ਸੰਸਥਾ ਨੇ, ਧਾਰਮਿਕ ਸੰਸਥਾਵਾਂ ਲੱਗੀਆਂ ਨੇ ਸਾਰੀਆਂ, ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਜਿਨ੍ਹਾਂ ਦੇ ਘਰਾਂ 'ਚ ਰਾਸ਼ਨ ਅਜੇ ਥੋੜ੍ਹੇ ਦਿਨ ਹੈਗਾ, ਉਹ ਕਈ ਥਾਵਾਂ 'ਤੇ ਕੰਪਲੇਂਟ ਆਈਆਂ ਵੀ ਲੋਕਾਂ ਕੋਲ ਜਿਹੜਾ ਰਾਸ਼ਨ ਹੈਗਾ ਤਾਂ ਲੋਕ ਫਿਰ ਵੀ ਖੋਹਮਾਈ ਕਰੀ ਜਾਂਦੇ ਨੇ। ਸਮਾਜ ਸੇਵਾ ਦੇ ਤੌਰ 'ਤੇ ਵੀ ਅਸੀਂ ਸਾਰੇ ਲੱਗੇ ਹਾਂ ਵੀ ਲੋਕਾਂ ਤੱਕ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ। ਜੇ ਸਰਕਾਰ ਵੱਲੋਂ ਕੋਈ ਇੱਕ ਦੋ ਦਿਨ ਲੱਗ ਵੀ ਜਾਂਦੇ ਆ, ਲੋਕਾਂ ਨੂੰ ਧੀਰਜ ਰੱਖਣਾ ਚਾਹੀਦਾ। ਹੌਲੀ ਹੌਲੀ ਜਿੱਦਾਂ ਕਹਿ ਲਓ ਅੱਜ ਮੈਡੀਸਨ ਦੀਆਂ ਇਹਨਾਂ ਨੇ ਸ਼ੋਪਸ ਖੋਲ੍ਹਦੀਆਂ ਨੇ, ਜਦੋਂ ਆਪਾਂ ਘੱਟ ਟਾਈਮ ਵਾਸਤੇ ਖੋਲ੍ਹਾਂਗੇ ਜਾਂ ਕੁਛ ਕਰਾਂਗੇ ਉਹਦੇ 'ਚ ਭੀੜ ਪੈਂਦੀ ਆ। ਸੋ ਰਾਸ਼ਨ ਦੀਆਂ ਦੁਕਾਨਾਂ ਵੀ ਹੌਲੀ ਹੌਲੀ ਮੁਹੱਲਿਆਂ 'ਚ ਜਿੱਦਾਂ ਆਟਾ ਚੱਕੀਆਂ ਖੋਲ੍ਹਤੀਆਂ ਨੇ, ਲੋਕ ਕਈਆਂ ਕੋਲ ਪੈਸੇ ਹੈਗੇ ਆ ਪਰ ਸਮਾਨ ਲੈਣ ਵਾਸਤੇ ਕੋਈ ਥਾਂ ਨਹੀਂ ਹੈਗੀ। ਸੋ ਇਹਨੂੰ ਇੱਕ ਦੋ ਦਿਨਾਂ 'ਚ ਮੈਂ ਸਮਝਦਾ ਵੀ ਇਹ ਥੋੜ੍ਹਾ ਮਾਹੌਲ ਹੋਰ ਠੀਕ ਹੋ ਜਾਊਗਾ ਅਤੇ ਲੋਕਾਂ ਨੂੰ ਇਹਦੇ ਵਾਸਤੇ 15-20 ਦਿਨ ਅਜੇ ਬਚਾਅ ਕਰਨਾ ਪੈਣਾ। ਮੈਂ ਮਨਮੋਹਨ ਸਿੰਘ ਲਾਟੀ ਜੀ, ਵਾਰਡ ਨੰਬਰ 63 ਦਾ ਇੱਥੇ ਵਸਨੀਕ ਹਾਂ। ਟੱਕੀ ਦਾ ਮਾਮਲਾ ਇੱਦਾਂ ਜੀ, ਸਾਨੂੰ ਸਾਡੇ ਅਕਾਲੀ ਪਾਰਟੀ ਦੇ ਮਹਾਂ ਸਚਿਵ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਰਦਾਰ ਤਲਵੀਰ ਸਿੰਘ ਜੀ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਇਹਨਾਂ ਦੇ ਮਹਾਂ ਨਿਰਦੇਸ਼ਾਂ ਦੇ ਮੁਤਾਬਕ ਸਾਨੂੰ ਇੱਕ ਨਿਰਦੇਸ਼ ਸੀਗੇ ਕਿ ਕੋਈ ਤੁਹਾਡੇ ਏਰੀਆ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰਦਾ ਹੋਵੇ ਜਿਹੜਾ ਮਤਲਬ ਕਿ ਬਲੈਕ ਮਾਰਕੀਟਿੰਗ ਕਰਦਾ ਹੋਵੇ, ਉਹਦਾ ਉੱਤੇ ਨਜ਼ਰ ਰੱਖੀ ਜਾਵੇ। ਉਹਨਾਂ ਨਿਰਦੇਸ਼ਾਂ ਮੁਤਾਬਕ ਹੀ ਅਸੀਂ ਥੋੜ੍ਹਾ ਧਿਆਨ ਰੱਖਦੇ ਪਏ ਸੀਗੇ ਅਤੇ ਉਹਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਭਾਰਤੀ ਚੱਕੀ ਵਾਲਾ ਜਿਹੜਾ ਉਹ ਕਾਫੀ ਦਿਨਾਂ ਤੋਂ ਇੱਥੇ ਬਲੈਕ ਦੇ ਵਿੱਚ ਆਟਾ, ਦਾਲ, ਘਿਓ, ਖੰਡ ਵੇਚ ਰਿਹਾ ਸੀਗਾ। ਉਹਨੂੰ ਜਾ ਕੇ 2-3 ਵਾਰੀ ਵਰਜਿਆ ਵੀ ਪਰ ਉਹ ਆਵਾਜ਼ ਨਹੀਂ ਆਇਆ। ਅਖੀਰ 'ਤੇ ਜਾ ਕੇ ਅਸੀਂ ਆਪਣੇ ਇਲਾਕਾ ਵਾਸੀਆਂ ਨਾਲ ਲੈ ਕੇ ਅਸੀਂ ਉੱਥੇ ਗਏ ਹਾਂ, ਪਰ ਉਹ ਉੱਥੇ ਪੂਰਾ ਅਸੀਂ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ, ਕਾਨੂੰਨ ਨੂੰ ਹੱਥ 'ਚ ਨਾ ਲੈਂਦੇ ਆਇਆ ਅਸੀਂ ਇਹਨੂੰ ਜਾ ਕੇ ਪੂਰੀ ਡਿਪਟੀ ਸਾਹਿਬ ਨੂੰ, ਡਿਪਟੀ FSO ਸਾਹਿਬ ਨੂੰ, ਇੰਸਪੈਕਟਰ ਸਾਹਿਬ ਦੀ ਡਿਊਟੀ ਲੱਗੀ ਆਕਾਸ਼ ਭਾਟੀਆ ਜੀ ਦੀ, ਉਹ ਵੀ ਇੱਥੇ ਆਏ, ਪਰ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਸਾਹਮਣੇ ਉਹ ਚੱਕੀ ਆਪਣੀ ਖੋਲ੍ਹ ਕੇ ਸਾਰਾ ਕੁਛ ਵੇਚ ਰਿਹਾ ਸੀਗਾ, ਇਹ ਸਾਰਾ ਸਮਾਨ ਵੇਚ ਰਿਹਾ। ਜਦੋਂ ਉਹਨੂੰ ਜਾ ਕੇ ਰੋਕਿਆ ਤਾਂ ਉਹ ਕਹਿੰਦਾ ਮੇਰੇ ਉੱਚੇ ਅਧਿਕਾਰੀਆਂ ਨਾਲ ਸੰਬੰਧ ਨੇ ਅਤੇ ਮੇਰਾ ਕੋਈ ਨਹੀਂ ਕੁਛ ਵਿਗਾੜ ਸਕਦਾ, ਜਿਹਦੇ ਕਰਕੇ ਫਿਰ ਉਹਨਾਂ ਦੀ ਚੱਕੀ ਜਿਹੜੀ ਆ ਉਹ ਡਿਪਟੀ FSO ਸਾਹਿਬ ਦੇ ਨਿਰਦੇਸ਼ਾਂ ਤੱਕ ਉਹਨਾਂ ਨੂੰ ਉਸ ਵੇਲੇ ਬੰਦ ਕਰਾ ਗਏ ਸੀ। ਪਰ ਵੇਖਣ ਵਿੱਚ ਆਇਆ ਕਿ ਹੁਣ ਫਿਰ ਉਹ 2 ਦਿਨਾਂ ਤੋਂ ਫਿਰ ਖੋਲ੍ਹ ਰਿਹਾ। ਅਸੀਂ ਰਿਟਰਨ ਕੰਪਲੇਂਟ ਅੱਜ ਦਿੱਤੀ ਆ ਜੀ ਅਸੀਂ। ਹਾਂਜੀ, ਅਸੀਂ ਮੰਗ ਕਰਦੇ ਹਾਂ ਕਿ ਇਹੋ ਜਿਹੜੇ ਬਲੈਕ ਮਾਰਕੀਟਿੰਗ ਕਰਨ ਦੇ ਨੇ ਜਿਹੜੇ ਇਸ ਵੇਲੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਕਿਉਂਕਿ ਇਸ ਵੇਲੇ ਸੇਵਾ ਵਾਲਾ ਕੰਮ ਹੈ, ਇਸ ਵੇਲੇ ਲੋਕ ਬਹੁਤ ਤ੍ਰਾਸਦੀ ਦੇ ਵਿੱਚ ਨੇ, ਇਸ ਵੇਲੇ ਜਿਹੜਾ ਮਾਹੌਲ ਚੱਲ ਰਿਹਾ
ਬਹੁਤ ਜ਼ਿਆਦਾ ਔਖਾ ਮੋੜ ਹੈ ਲੋਕ ਪਬਲਿਕ ਲਈ ਉਹਦੀ। ਇਹਨਾਂ ਨੂੰ ਅਸੀਂ ਇਹੋ ਹੀ ਮੰਗ ਕਰਾਂਗੇ ਕਿ ਇਹ ਇਸ ਚੀਜ਼ ਨੂੰ ਨੱਥ ਪਾਉਣ, ਇਹੋ ਜਿਹਾ ਇਹਨਾਂ ਨੂੰ ਸਖਤੀ ਨਾਲ ਇਹਨਾਂ ਨੂੰ ਨਜਿੱਠਣ, ਅਤੇ ਇਹਨਾਂ ਦੇ ਥਾਂ 'ਤੇ ਕੋਈ ਹੋਰ ਚੱਕੀਆਂ ਵਾਲੇ ਨੇ ਜਿਹੜੇ ਉਹਨਾਂ ਨੂੰ ਖੋਲੀਆਂ ਜਾਣ, ਅਤੇ ਇਹੋ ਜਿਹੇ ਇਹਨਾਂ ਨੂੰ ਬੰਦ ਕੀਤਾ ਜਾਵੇ।